ਸਪਰਮ ਕਾਊਂਟ ਦੀ ਸਮੱਸਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਚੁਣੌਤੀ ਬਣ ਕੇ ਪੂਰੀ ਦੁਨੀਆ ਦੇ ਸਾਹਮਣੇ ਆ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਲਗਭਗ 50 ਮਿਲੀਅਨ ਲੋਕ ਹਨ ਜੋ ਕਿ ਬੱਚਾ ਪੈਦਾ ਨਹੀਂ ਕਰ ਸਕਦੇ ਤੇ ਇਹੋ ਜੇ ਲੋਕਾਂ ਦੀ ਗਿਣਤੀ ਦਿਨ-ਬਦਨ ਵਧਦੀ ਜਾ ਰਹੀ ਹੈ ਤਾਂ ਕਿ ਤੁਸੀਂ ਵੀ ਇਸ ਗਿਣਤੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਹੋ ਦੋਸਤੋ ਉਹ ਜਾਣਦੇ ਹਾਂ ਕਿ ਇਸਪਰਮ ਕਾਊਂਟ ਘਟ ਕਿਉਂ ਹੁੰਦਾ ਹੈ ਤੇ ਇੱਕ ਮਰਦ ਬੱਚਾ ਪੈਦਾ ਕਰਨ ਦੇ ਕਾਬਿਲ ਕਿਉਂ ਨਹੀਂ ਰਹਿੰਦਾ ਦੋਸਤੋ ਸਾਡੇ ਸਪਰਮ ਦੇ ਵਿੱਚ 60 ਮਿਲੀਅਨ ਤੋਂ ਉੱਤੇ ਜੋ ਸ਼ੁਕਰਾਣੂ ਨੇ ਉਹ ਜ਼ਿੰਦਾ ਹੋਣੇ ਚਾਹੀਦੇ ਨੇ ਜ਼ਿੰਦਾ ਹੀ ਨਹੀਂ ਉਹਨਾਂ ਦੀ ਸਿਹਤ ਵੀ ਚੰਗੀ ਹੋਣੀ ਚਾਹੀਦੀ ਹੈ ਸ਼ੁਕਰਾਣੂ ਦੀ ਚੰਗੀ ਸਿਹਤ ਦਾ ਅੰਦਾਜ਼ਾ ਉਹਦੇ ਸਿਰ ਪੂਛ ਤੇ ਚੱਲਣ ਦੀ ਗਤੀ ਦੇ ਹਿਸਾਬ ਦੇ ਨਾਲ ਇੱਕ ਲੈਬੋਰੀਟਰੀ ਟੈਸਟ ਦੇ ਦੌਰਾਨ ਲਗਾਇਆ ਜਾਂਦਾ ਹੈ ਤੇ ਦੋਸਤੋ ਸਾਡੇ ਵਾਸਤੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸ਼ੁਕਰਾਣੂ ਸਾਡੇ ਸਰੀਰ ਦੇ ਵਿੱਚ ਜ਼ਿੰਦਾ ਕਿਉਂ ਨਹੀਂ ਰਹਿੰਦੇ ਸਭ ਤੋਂ ਪਹਿਲਾ ਕਾਰਨ ਟਾਈਟ ਅੰਡਰਵੇਅਰ ਪਾਉਣਾ ਜੀ ਹਾਂ ਬਿਲਕੁਲ ਜੋ ਸਾਡੇ ਸਰੀਰ ਦੇ ਵਿੱਚ ਸ਼ੁਕਰਾਣੂ ਹੁੰਦੇ ਨੇ ਮਰਦਾਂ ਦੇ ਵਿੱਚ ਉਹ ਹੁੰਦੇ ਨੇ ਪਤਾਲੂਆਂ ਦੇ ਵਿੱਚ ਪਤਾਲੂਆਂ ਦੇ ਵਿੱਚ ਸ਼ੁਕਰਾਣੂ ਇਸ ਲਈ ਪਾਏ ਜਾਂਦੇ ਨੇ ਤਾਂ ਕਿ ਸਰੀਰ ਤੋਂ ਬਾਹਰ ਰਹਿਣ ਕਿਉਂਕਿ ਜੋ ਸਾਡੇ ਸਰੀਰ ਦਾ ਤਾਪਮਾਨ ਹੁੰਦਾ ਹੈ ਬਹੁਤ ਜ਼ਿਆਦਾ ਹੁੰਦਾ ਹੈ ਤੇ ਜੋ ਸ਼ੁਕਰਾਣੂ ਹੁੰਦੇ ਨੇ ਜ਼ਿਆਦਾ ਗਰਮੀ ਦੇ ਵਿੱਚ ਨਹੀਂ ਰਹਿ ਸਕਦੇ ਇਹ ਮਰਨੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਅਸੀਂ ਟਾਈਟ ਅੰਡਰਵੇਅਰ ਪਾਉਂਦੇ ਹਾਂ ਤੇ ਜਿਹੜੇ ਸਾਡੇ ਪਤਾਲੂ ਹੁੰਦੇ ਨੇ ਸਾਡੇ ਸਰੀਰ ਦੇ ਨਾਲ ਲੱਗ ਜਾਂਦੇ ਨੇ ਮਨ ਲਓ ਅਸੀਂ ਆਫਿਸ ਦੇ ਵਿੱਚ ਗਏ ਆ ਅਸੀਂ ਟਾਈਟ ਅੰਡਰਵੇਅਰ ਪਾਇਆ ਆ ਟਾਈਟ ਕੱਪੜੇ ਪਾਏ ਆ ਸਾਰਾ ਦਿਨ ਆਫਿਸ ਦੇ ਵਿੱਚ ਬੈਠੇ ਰਹੇ ਜਾਂ ਫਿਰ ਕੁਰਸੀ ਤੇ ਬਹਿ ਕੇ ਆਪਣਾ ਕੰਮ ਹੋਰ ਕੋਈ ਦਫਤਰੀ ਕਰਦੇ ਰਹੇ ਜਾਂ ਫਿਰ ਸਾਰਾ ਦਿਨ ਅਸੀਂ ਜੇ ਡਰਾਈਵਿੰਗ ਵੀ ਕਰਦੇ ਆ ਤੇ ਟਾਈਟ ਕੱਪੜੇ ਅਸੀਂ ਪਾ ਰੱਖੇ ਆ ਤੇ ਜ਼ਾਹਿਰ ਜੀ ਗੱਲ ਐ ਕਿ ਜਿਹੜੇ ਪਤਾਲੂ ਆ ਉਹ ਸਾਡੇ ਸਰੀਰ ਦੇ ਨਾਲ ਲੱਗੇ ਰਹਿਣਗੇ ਤੇ ਜ਼ਿਆਦਾ ਟੈਂਪਰੇਚਰ ਜਦੋਂ ਪਤਾਲੂਆਂ ਦੇ ਵਿੱਚ ਵਧਣਾ ਸ਼ੁਰੂ ਹੋਏਗਾ ਤੇ ਸ਼ੁਕਰਾਣੂ ਮਰਨੇ ਸ਼ੁਰੂ ਹੋ ਜਾਂਦੇ ਨੇ ਇਹ ਇੱਕ ਬਹੁਤ ਹੀ ਵੱਡਾ ਕਾਰਨ ਹੈ ਮਰਦਾਂ ਦੇ ਵਿੱਚ ਸ਼ੁਕਰਾਣੂ ਦੀ ਜਿਹੜੀ ਸਮੱਸਿਆ ਉਹ ਆਉਣ ਦਾ ਦੂਸਰਾ ਕਾਰਨ ਹੈ ਸਰੀਰ ਦੇ ਵਿੱਚ ਟੈਸਟੋਸਟੋਨ ਨਾਮ ਦੇ ਹਾਰਮੋਨ ਦੀ ਕਮੀ ਦੋਸਤੋ ਜਦੋਂ ਸਾਡੀ ਉਮਰ 30 ਸਾਲ ਦੇ ਲਗਭਗ ਆ ਕੇ ਹੋ ਜਾਂਦੀ ਹੈ ਤੇ ਆਟੋਮੈਟਿਕਲੀ ਜੋ ਸਾਡਾ ਟੈਸਟੋਸਟੋਨ ਲੈਵਲ ਹੈ ਉਹ ਘਟਣਾ ਸਟਾਰਟ ਹੋ ਜਾਂਦਾ ਹੈ ਤੇ ਜਿੰਨੂੰ ਸਾਨੂੰ ਮੇਨਟੇਨ ਕਰਨਾ ਪੈਂਦਾ ਸਾਨੂੰ ਵਧੀਆ ਖੁਰਾਕ ਖਾਣੀ ਪੈਂਦੀ ਹੈ ਤੇ ਐਕਸਰਸਾਈਜ਼ ਵੀ ਰੈਗੂਲਰ ਕਰਨੀ ਪੈਂਦੀ ਹੈ ਇਹਦੇ ਨਾਲ ਨਾਲ ਆਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਜੜੀਆਂ ਬੂਟੀਆਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਦਵਾਈਆਂ ਨੇ ਜਿਨ੍ਹਾਂ ਦੇ ਨਾਲ ਮਰਦ ਆਪਣੇ ਟੈਸਟੋਸਟੋਨ ਲੈਵਲ ਨੂੰ 80 ਸਾਲ ਤੱਕ ਬਣਾ ਕੇ ਰੱਖ ਸਕਦੇ ਨੇ ਤੀਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਸਰੀਰ ਦੇ ਵਿੱਚ ਤਜਾਬੀ ਮਾਦੇ ਦਾ ਵਧਣਾ ਹਾਂਜੀ ਬਿਲਕੁਲ ਜਦੋਂ ਅਸੀਂ ਬਹੁਤ ਜ਼ਿਆਦਾ ਚਾਹ ਸ਼ਰਾਬ ਤਮਾਕੂ ਸਿਗਰਟ ਜਾਂ ਸ਼ਰਾਬ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਕਰਦੇ ਆ ਜਾਂ ਬਹੁਤ ਜ਼ਿਆਦੀ ਖੰਡ ਖਾਂਦੇ ਆ ਬਹੁਤ ਜ਼ਿਆਦੇ ਮਿੱਠੇ ਖੱਟੀਆਂ ਤਲੀਆਂ ਚੀਜ਼ਾਂ ਖਾਂਦੇ ਆ ਤਾਂ ਸਾਡੇ ਸਰੀਰ ਦੇ ਵਿੱਚ ਤਜਾਬੀ ਮਾਦਾਵਧਨਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਨਾਲ ਸਰੀਰ ਦੀ ਜਿਹੜੀ ਪਿਤ ਪ੍ਰਕਿਰਤੀ ਹੈ ਜਿਹੜੀ ਸਰੀਰ ਦੀ ਗਰਮੀ ਹੈ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹਦੇ ਨਾਲ ਸ਼ੁਕਰਾਨੂ ਮਰਨੇ ਸ਼ੁਰੂ ਹੋ ਜਾਂਦੇ ਆ ਤੇ ਚੌਥਾ ਕਾਰਨ ਹੈ ਜਨਮ ਤੋਂ ਹੀ ਜੇਕਰ ਕਿਸੇ ਦੇ ਪਤਾਲੂਆਂ ਦੀ ਕੋਈ ਨਸ ਬੰਦ ਹੋਵੇ ਤੇ ਕਈ ਵਾਰ ਤਾਂ ਆਪਰੇਸ਼ਨ ਕਰਾਉਣ ਦੇ ਨਾਲੇ ਨਸ ਖੁੱਲ ਜਾਂਦੀ ਹੈ ਪਰ ਜ਼ਿਆਦਾਤਰ ਦੇਖਿਆ ਗਿਆ ਕਿ ਇਹ ਜਿਹੜੀ ਸਮੱਸਿਆ ਇਹ ਇਸੇ ਤਰ੍ਹਾਂ ਹੀ ਰਹਿੰਦੀ ਹੈ ਪਰ ਇਸ ਮੁਸੀਬਤ ਬਹੁਤ ਹੀ ਘੱਟ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਤੇ ਪੰਜਵਾਂ ਕਾਰਨ ਹੈ ਲੰਬੇ ਸਮੇਂ ਤੱਕ ਕੋਈ ਦਵਾਈ ਖਾਣਾ ਹਾਂਜੀ ਦੋਸਤੋ ਜੇਕਰ ਅਸੀਂ ਲੰਬੇ ਸਮੇਂ ਤੱਕ ਕੋਈ ਐਂਟੀਬਾਇਓਟਿਕ ਕਿਸੇ ਕਾਰਨ ਕਰਕੇ ਖਾਣੇ ਆ ਜਾਂ ਕੈਂਸਰ ਦੀ ਦਵਾਈ ਜਾਂ ਕਿਸੇ ਅਲਸਰ ਦੀ ਦਵਾਈ ਲੰਬਾ ਸਮਾਂ ਖਾਣੇ ਆ ਯਾ ਫਿਰ ਇੰਟਰਨੈਟ ਤੋਂ ਵੇਖ ਕੇ ਵੈਸੇ ਹੀ ਕੋਈ ਗਲਤ ਨੁਸਖਾ ਬਣਾ ਕੇ ਜੇ ਅਸੀਂ ਖਾ ਲੈਨੇ ਆ ਤੇ ਇਹਦਾ ਸਿੱਧਾ ਸਿੱਧਾ ਅਸਰ ਸਾਡੇ ਸਪਰਮ ਕਾਊਂਟ ਦੇ ਉੱਤੇ ਪੈਂਦਾ ਤੇ ਨਾਲੇ ਦੋਸਤੋ ਇੱਥੇ ਮੈਂ ਇੱਕ ਹੋਰ ਗੱਲ ਦੱਸਣੀ ਚਾਹਾਂਗਾ ਸਾਨੂੰ ਬਹੁਤ ਸਾਰੇ ਇਹੋ ਜਿਹੇ ਫੋਨ ਆਉਂਦੇ ਨੇ ਜਿਹੜੇ ਲੋਕ ਸਾਨੂੰ ਕਹਿੰਦੇ ਨੇ ਕਿ ਅਸੀਂ ਆਪਣੇ ਸਪਰਮ ਕਾਊਂਟ ਦਾ ਟੈਸਟ ਕਰਵਾਇਆ ਤੇ ਟੈਸਟ ਕਰਵਾਉਣ ਤੋਂ ਬਾਅਦ ਸਾਡੇ ਸਪਰਮ ਕਾਊਂਟ ਦੀ ਜਿਹੜੀ ਰਿਪੋਰਟ ਆ ਨਿਲ ਆਈ ਯਾਨੀ ਕਿ ਕੋਈ ਵੀ ਸ਼ੁਕਰਾਨੂ ਜ਼ਿੰਦਾ ਉਹਨਾਂ ਦੇ ਸਪਰਮ ਦੇ ਵਿੱਚ ਨਹੀਂ ਹੈ ਸੋ ਦੋਸਤੋ ਇਹਨਾਂ ਕੇਸਾਂ ਦੇ ਵਿੱਚ ਮੈਂ ਬਹੁਤ ਜ਼ਿਆਦਾ ਇਹ ਦੇਖਿਆ ਕਿ ਲੋਕ ਘਰੇ ਹੀ ਆਪਣਾ ਸੈਂਪਲ ਕਲੈਕਟ ਕਰਦੇ ਨੇ ਤੇ ਲੈਬੋਰੀਟਰੀ ਲੈ ਕੇ ਜਾਂਦੇ ਨੇ ਸੋ ਦੋਸਤੋ ਇਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਘਰੇ ਆਪਣਾ ਸੈਂਪਲ ਕਲੈਕਟ ਕਰਦੇ ਹੋ ਤੇ ਉਹਨੂੰ ਲੈਬੋਰੀਟਰੀ ਤੱਕ ਲੈ ਕੇ ਜਾਂਦੇ ਹੋ ਉਹ ਤਾਂ ਰਸਤੇ ਦੇ ਵਿੱਚ ਹੀ ਸ਼ੁਕਰਾਨੂ ਮਰ ਜਾਂਦੇ ਨੇ ਕਿਉਂਕਿ ਜਿਆਦਾ ਠੰਡ ਦੇ ਵਿੱਚ ਵੀ ਸ਼ੁਕਰਾਣੂ ਨਹੀਂ ਰਹਿ ਸਕਦੇ ਜਿਆਦਾ ਗਰਮੀ ਦੇ ਵਿੱਚ ਵੀ ਸ਼ੁਕਰਾਣੂ ਨਹੀਂ ਰਹਿ ਸਕਦੇ ਤੇ ਤੁਹਾਨੂੰ ਨਹੀਂ ਨਾ ਪਤਾ ਤੁਸੀਂ ਕਿਸ ਹਾਲਾਤਾਂ ਦੇ ਵਿੱਚ ਉਹ ਸੈਂਪਲ ਹੈ ਜਿਹੜਾ ਲੈਬੋਰੀ ਤੱਕ ਲੈ ਕੇ ਜਾ ਰਹੇ ਹੋ ਸੋ ਜੇਕਰ ਤੁਸੀਂ ਆਪਣੇ ਸਪਰਮ ਕਾਊਂਟ ਦਾ ਟੈਸਟ ਕਰਵਾਉਣਾ ਹੈ ਕਿਸੇ ਅੱਛੀ ਲੈਬੋਰੀ ਦੇ ਨਾਲ ਪਹਿਲਾਂ ਸੰਪਰਕ ਕਰੋ ਲੈਬੋਰੀ ਵਾਲੇ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰਨਗੇ ਇੱਕ ਹਫ਼ਤੇ ਦਾ ਤੁਹਾਡਾ ਜਿਹੜਾ ਗੈਪ ਹੋਣਾ ਚਾਹੀਦਾ ਕਿਸੇ ਵੀ ਸੈਕਸ਼ੂਅਲ ਐਕਟੀਵਿਟੀ ਤੋਂ ਉਸ ਤੋਂ ਬਾਅਦ ਤੁਸੀਂ ਲੈਬੋਰੀਟਰੀ ਜਾਓਗੇ ਅਤੇ ਲੈਬੋਰੀਟਰੀ ਜਾ ਕੇ ਹੀ ਆਪਣਾ ਸੈਂਪਲ ਲਓਗੇ ਸੋ ਬਹੁਤ ਸਾਰੇ ਮੇਰੇ ਵੀਰ ਇਹੋ ਜਿਹੇ ਵੀ ਪਰੇਸ਼ਾਨ ਹੋ ਜਾਂਦੇ ਨੇ ਜਿਹੜੇ ਕਿ ਜਿਹੜੇ ਸਮਝਦੇ ਨੇ ਕਿ ਸਾਡੇ ਅੰਦਰ ਕੋਈ ਵੀ ਸ਼ੁਕਰਾਨੂ ਜੰਦਾ ਨਹੀਂ ਪਰ ਦੋਸਤੋ ਟੈਸਟ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਰਵਾਓ ਤੇ ਦੋਸਤੋ ਜੇਕਰ ਕਿਸੇ ਤਰ੍ਹਾਂ ਦੇ ਨਾਲ ਤੁਹਾਡੀ ਰਿਪੋਰਟ ਕੋਈ ਘੱਟ ਆਈ ਹੈ ਸ਼ੁਕਰਾਨੂ ਡੈੱਡ ਆਇਆ ਹੈ ਜਾਂ ਫਿਰ ਸ਼ੁਕਰਾਨੂ ਘੱਟ ਆਇਆ ਹੈ ਜਾਂ ਫਿਰ ਸ਼ੁਕਰਾਨੂ ਨਹੀਂ ਬਣ ਰਹੇ ਤੇ ਕਿਸ ਤਰ੍ਹਾਂ ਤੁਸੀਂ ਆਪਣੇ ਸ਼ਿਕਰਾਣੂਆਂ ਦੀ ਸੰਖਿਆ ਨੂੰ ਵਧਾ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਇੱਕ ਬੱਚਾ ਪੈਦਾ ਕਰਨ ਦੇ ਲਾਇਕ ਹੋ ਸਕਦੇ ਹੋ ਕਿਹੜੀ ਕਿਹੜੀ ਤੁਹਾਨੂੰ ਘਰ ਦੀ ਖੁਰਾਕ ਖਾਣੀ ਚਾਹੀਦੀ ਹੈ ਕਿਹੜੀ ਤੁਹਾਨੂੰ ਆਯੁਰਵੈਦਿਕ ਦਵਾਈ ਖਾਣੀ ਚਾਹੀਦੀ ਹੈ ਤਾਂ ਇਹ ਜਾਣਕਾਰੀ ਦੇ ਲਈ ਤੁਸੀਂ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਜਾਂ ਫਿਰ ਕਾਲ ਵੀ ਕਰ ਸਕਦੇ ਹੋ ਸੋ ਦੋਸਤੋ ਜੁੜੇ ਰਹੋ ਹਰਜਸ ਆਯੁਰਵੇਦਾ ਦੇ YouTube ਚੈਨਲ ਅਤੇ Facebook ਪੇਜ ਦੇ ਨਾਲ ਦੋਸਤੋ ਜੇਕਰ ਤੁਸੀਂ ਸਾਡਾ YouTube ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਿਰਪਾ ਕਰ ਸਬਸਕ੍ਰਾਈਬ ਕਰ ਲਓ ਜੇ ਸਾਡਾ Facebook ਪੇਜ ਵੀ ਨਹੀਂ ਲਾਈਕ ਕੀਤਾ ਤਾਂ ਕਿਰਪਾ ਇਹਨੂੰ ਵੀ ਲਾਈਕ ਕਰ ਲਓ ਅਤੇ ਬੈਲ ਦਾ ਆਈਕਨ ਬਟਨ ਜਿਹੜਾ YouTube ਵਾਲਾ ਹੈ ਉਹ ਨਾ ਦਬਾਉਣਾ ਭੁੱਲਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਬਣਾਵਾਂ ਤਾਂ ਤੁਹਾਡੇ ਤੱਕ ਛੇਤੀ ਤੋਂ ਛੇਤੀ ਪਹੁੰਚ ਸਕੇ ਆਪ ਦਾ ਇਹ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ